मेले नू चली। हां जी, सत श्री अकाल जी सारे, वेलकम बैक टू न्यू व्लॉग। ते जिवें कि तुहानू थंबनेल तों ते टाइटल तों पता लग ही गया है कि अज असीं पहुंचे आ डेरा बाबा नानक। इथे मेला चल रहा है, श्री चोला साहिब दा मेला। ते उस तों पहलां हुण असीं चले आ बॉर्डर ते, आ देखो करतारपुर कोरीडोर, गाड़ी पाकिस्तान है उधर। एंड तक जरूर देखो व्लॉग, काफी इंटरेस्टिंग होने वाला है। ते वीडियो नू लाइक कर दो, ते चैनल नू सबसक्राइब कर दो। ते चलो हुण अगे वधदे आ। हां बोल बोल। हेलो गाइस, हां पा हुण करतारपुर लंघ जाए आ, अब तुहानू अज बॉर्डर दिखावांगे। आयो जिगरी यार जिगर दे टोटे तू बड़ा टोर कड्या, पेंट कोट पाया होया लाल रंग दा। ओए ओए ਅਸੀਂ ਵਲੌਗ ਬਣਾਉਣ ਡਿਆ ਤੇ ਮੁੰਡੇ ਨਿਆਣੇ ਦੋਵਾਂ ਦੇ ਆਨੂੰ ਵੀ ਵੀਡੀਓ ਚ ਲਾਓ, ਤਾਂ ਕਰਕੇ ਇਹ ਨਾ ਸੋਚੋਗੇ ਸਾਡੇ ਨਾਲ ਆਏ ਹਨਾ। ਹੁਣ ਅੱਗੇ ਬਸ ਪਹੁੰਚਣ ਲਿਆ ਅਸੀਂ, ਉਹ ਜਾਣ ਡਿਓ। ਇੱਧਰ ਜਿਹੜੇ ਪਾਕਿਸਤਾਨ ਜਾਂਦੇ ਆ ਉਹ ਐਨੂੰ ਜਾਂਦੇ ਆ, ਤਾਂ ਕਰਕੇ ਇੱਧਰ ਬੰਦ ਕੀਤਾ ਰਸਤਾ ਹੁਣ, ਕਿਉਂਕਿ ਹਲੇ ਖੁੱਲਾ ਹੀ ਨਹੀਂ ਆ। ਬਾਕੀ ਜਿਨ੍ਹਾਂ ਨੇ ਗਾੜੀ ਵੇਖਣਾ ਇੱਥੋਂ ਹੀ ਪਾਕਿਸਤਾਨ ਸਾਡੇ ਵਰਗਿਆਂ ਨੇ ਉਹ ਐਨੂੰ ਜਾਂਦੇ। ਤੇ ਉਹ ਸਾਹਮਣੇ ਹੈਗਾ ਪਾਕਿਸਤਾਨ, ਜਿਹੜੀ ਉਹ ਬਿਲਡਿੰਗ ਚਿੱਟੇ ਰੰਗ ਦੀ ਦਿਖ ਰਹੀ ਉਹ ਪਾਕਿਸਤਾਨ ਹੈ, ਤੇ ਇੱਧਰ ਹੈਗਾ ਇੰਡੀਆ ਆਪਣਾ। ਹੁਣ ਚੱਲੇ ਆ ਫੇਰ ਉੱਥੇ ਕੋਰੀਡੋਰ ਤੋਂ ਤੇ ਹੋਏ ਆ, ਤੇ ਉਹ ਸਾਹਮਣੇ ਹੁਣ ਇੱਧਰ ਇਹ ਵੀ ਹੈ, ਇਹ ਵੀ ਡੇਰਾ ਬਾਬਾ ਨਾਨਕ ਆ, ਤੇ ਉੱਥੇ ਮੇਨ ਜਿਹੜਾ ਸ਼ਹਿਰ ਆ ਮਤਲਬ ਬਾਜ਼ਾਰ ਗੁਰਦੁਆਰਾ ਸਾਹਿਬ ਕਹਿ ਲਓ ਚੋਲਾ ਸਾਹਿਬ, ਉੱਥੇ ਹੁਣ ਚੱਲੇ ਆ। ਤੇ ਉੱਥੇ ਤੁਹਾਨੂੰ ਹੁਣ ਮੇਲੇ ਦੇ ਸ਼ੋਟ ਦਿਖਾਉਂਦੇ ਆ, ਸਿਨੇਮੈਟਿਕ ਸ਼ੋਟ। ਤੇ ਇਧਰੋਂ ਤੁਸੀਂ ਵੇਖ ਹੀ ਲਿਆ ਹੋਣਾ ਵਾ, ਗਾੜੀ ਪਾਕਿਸਤਾਨ ਹੀ। ਹੁਣ ਅੱਗੇ ਜਾ ਕੇ ਵਲੌਗ ਨੂੰ ਕੰਟੀਨਿਊ ਕਰਦੇ। अपने ब्रांड की शर्ट अं करनी है, मनदीप टीवी लिखा शर्ट पर, ठीक है ना। वो हम तुम दिखाने हाँ जी। वाह जी वाह, देखो मनदीप टीवी, इतों पहला पुट्ठा लिखा इतने आने के सीधा होना है ना। आर यू एग्री? अगे भी लिखोड़ा मगर भी ड्रीम ही ड्रीम। वैसे भाई लमारी च राखी चढ़ी गई शर्ट बाहर टंग डा गया लिखाया सिंपल ही।
ਚੱਲ ਮੁੰਡਾ ਜੂਸ ਪਿਉਣਾ ਪੁੱਤ ਤੂੰ ਹੀ ਹੈ ਬਦਾਮਾਂ ਵਾਲਾ ਜੂਸ ਇਹ ਮੈਂ ਕੱਲ ਆਫਰ ਕੀਤਾ ਗਿਆ ਪੈਸੇ ਇੰਨੇ ਹੀ ਦੇਣੇ ਹਨਾ ਹੁਣ ਗਾਈ ਸਿੱਧੇ ਅਸੀਂ ਘਰ ਆ ਚੁੱਕੇ ਹਾਂ ਤੇ ਘਰ ਆਣ ਕੇ ਹੁਣ ਪਹਿਲਾਂ ਆਪਣੀ ਸ਼ਰਟ ਨੂੰ ਖੋਲ ਕੇ ਦੇਖਦੇ ਹਾਂ ਕਿ ਕਿੱਦਾਂ ਦੀ ਪ੍ਰਿੰਟ ਹੋਈ ਆ ਤੇ ਮੈਂ ਇਹਦੇ ਲਈ ਬਹੁਤ ਹੀ ਜ਼ਿਆਦਾ ਐਕਸਾਈਟਡ ਆ ਤੇ ਇਹਨੂੰ ਹੁਣ ਦੇਖਦੇ ਹਾਂ ਤੇ ਹਲੇ ਮੈਂ ਖੋਲ ਕੇ ਨਹੀਂ ਦੇਖੀ ਆਣ ਕੇ ਤੇ ਤਾਂ ਕਰਕੇ ਆ ਨਾਲ ਇਹਦੇ ਮਨਦੀਪ ਟੀਵੀ ਜਿਹਦੇ ਨਾਲ ਪ੍ਰਿੰਟ ਕਰਦੇ ਆ ਇਹ ਕਿਸੇ ਕੰਮ ਤੇ ਹੈ ਨਹੀਂ ਕਿਉਂਕਿ ਪੁੱਠਾ ਹੈ ਇੱਕ ਹੋਰ ਆ ਇਹ ਵੀ ਪੁੱਠਾ ਹੈ ਤੇ ਇੱਦਾਂ ਫਿਰ ਜਦੋਂ ਪ੍ਰਿੰਟ ਕਰਦੇ ਆ ਤੇ ਉਦੋਂ ਸਿੱਧਾ ਹੁੰਦਾ ਇਸ ਲਈ ਇਹ ਕਿਸੇ ਕੰਮ ਨਹੀਂ ਹੈਗਾ ਤੇ ਅਸੀਂ ਹੁਣ ਦੇਖਦੇ ਹਾਂ ਆਪਣੀ ਮੇਨ ਸ਼ਰਟ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਦਾ ਪਿੱਛੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੈ ਤੇ ਅੱਗੇ ਜਿਹੜਾ ਸਾਈਡ ਤੇ ਲਿਖਿਆ ਹੈ ਤੇ ਜਿੱਦਾਂ ਬ੍ਰਾਂਡ ਹੁੰਦਾ ਇੱਕ ਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਏਗੀ ਸ਼ਰਟ ਹੁਣ ਇਹਨੂੰ ਪਾ ਕੇ ਅਗਲਾ ਵਲੌਗ ਅਸੀਂ ਕੰਟੀਨਿਊ ਕਰਦੇ ਹਾਂ ਇਹੋ ਹੀ ਅੱਗੇ ਤੇ ਗਾਈਜ਼ ਹੁਣ ਆ ਚੁੱਕੇ ਹਾਂ ਆਪਣੇ ਘਰ ਫੇਰ ਵਾਪਸ ਤੇ ਉੱਥੇ ਜਿਹੜਾ ਮੇਲੇ ਤੇ ਕਾਫੀ ਭੀੜ ਸੀਗੀ ਤੇ ਉੱਥੇ ਨੋਇਸ ਵੀ ਬੜੀ ਹੁੰਦੀ ਆ ਤਾਂ ਕਰਕੇ ਉੱਥੇ ਜਿਹੜਾ ਅਸੀਂ ਇੱਦਾਂ ਵਲੌਗਿੰਗ ਨਹੀਂ ਕਰ ਸਕਦੇ ਤੇ ਉੱਥੇ ਉੱਥੋਂ ਦੇ ਬਸ ਸ਼ੋਟ ਜਿਹੜੇ ਲੈ ਕੇ ਤੇ ਬਾਅਦ ਵਿੱਚ ਬੈਕਗਰਾਊਂਡ ਮਿਊਜ਼ਿਕ ਲਾ ਦਈਦਾ ਹੈ ਤੇ ਕਿਉਂਕਿ ਉੱਥੇ ਜਿਹੜੇ ਸ਼ਬਦ ਵੀ ਲੱਗੇ ਹੁੰਦੇ ਆ ਤੇ ਨਾਲ ਵੈਸੇ ਵੀ ਲੋਕਾਂ ਦੀ ਨੋਇਸ ਕਾਫੀ ਹੁੰਦੀ ਹੈ ਤਾਂ ਕਰਕੇ ਤੇ ਉੱਥੋਂ ਦਾ ਇੰਨਾ ਹੀ ਵਲੌਗ ਬਣਿਆ ਹੈ ਤੇ ਹੁਣ ਆ ਜਿਹੜੀ ਸ਼ਰਟ ਮੈਂ ਕਿਹਾ ਤੁਹਾਨੂੰ ਪਾ ਕੇ ਦਿਖਾ ਦਿੰਦੇ ਹਾਂ ਜਿਹੜੀ ਮੈਂ ਪ੍ਰਿੰਟ ਕਰਾਈ ਸੀ ਤੁਸੀਂ ਪਿੱਛੇ ਦੇਖ ਹੀ ਲਿਆ ਹੋਣਾ ਵਲੌਗ ਦੇ ਵਿੱਚ ਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਪਿੱਛੋਂ ਵੀ ਤੁਹਾਨੂੰ ਇਹਦਾ ਵੀ ਸ਼ੋਟ ਦਿਖਾਉਣਾ ਇੱਕ ਹੁਣ ਸਿਨੇਮੈਟਿਕ ਸ਼ੋਟ ਤੇ ਹੁਣ ਤੁਹਾਨੂੰ ਇਸੇ ਵਲੌਗ ਦੇ ਵਿੱਚ ਇੱਕ ਹੋਰ ਇੰਟਰਸਟਿੰਗ ਚੀਜ਼ ਦਿਖਾਉਣ ਜਾ ਰਹੇ ਹਾਂ ਸੋ ਐਂਡ ਤੋਂ ਲੈ ਐਂਡ ਤੱਕ ਜ਼ਰੂਰ ਦੇਖਿਓ ਵਲੌਗ ਨੂੰ ਸਕਿੱਪ ਨਾ ਕਰਿਓ ਹਲੇ ਤੇ ਉਹ ਹੈਗੀ ਆ ਲੰਗਰ ਤੇ ਇੱਥੇ ਜਿਹੜਾ ਆਪਣਾ ਰੋਡ ਆ ਉਹ ਡੇਰਾ ਬਾਬਾ ਨਾਨਕ ਨੂੰ ਜਾਂਦਾ ਹੈ ਤੇ ਰੋਡ ਤੇ ਲੰਗਰ ਲੱਗਾ ਹੋਇਆ ਆਪਣੇ ਪਿੰਡ ਵੀ ਕਾਫੀ ਲੰਗਰ ਲੱਗੇ ਹੋਏ ਨੇ ਰਾਸਤੇ ਵਿੱਚ ਤੇ ਅਸੀਂ ਹੁਣ ਲੰਗਰ ਤੇ ਚੱਲਦੇ ਹਾਂ ਤੇ ਉੱਥੇ ਰੋਹ ਦਾ ਲੰਗਰ ਵੀ ਲੱਗਾ ਹੋਇਆ ਹੈ ਉਹਦੇ ਤੋਂ ਹੀ ਹੁਣ ਦੇਖੋ ਉੱਥੇ ਸਿੱਧਾ ਜਾ ਕੇ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਤੇ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਹਾਂ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਲੰਗਰ ਵੀ ਦਿਖਾਤਾ ਮੇਲਾ ਵੀ ਦਿਖਾਤਾ ਹੈ ਤੇ ਜਿਹੜੀ ਮੈਂ ਸ਼ਰਟ ਲਿਆਂਦੀ ਉਹ ਵੀ ਦਿਖਾਤੀ ਹੈ ਤੇ ਅੱਜ ਦੇ ਵਲੌਗ ਦੇ ਵਿੱਚ ਕਾਫੀ ਮਿਹਨਤ ਲੱਗੀ ਕਿਉਂਕਿ ਛੋਟੇ ਛੋਟੇ ਜਿਹੜੇ ਸ਼ੋਟ ਲੈ ਕੇ ਉਹਨਾਂ ਨੂੰ ਐਡਿਟ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ ਸੋ ਮਿਹਨਤ ਦਾ ਮੁੱਲ ਪਾ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ।